ਬਰਨਾਲਾ ਦੇ ਪਿੰਡ ਧੌਲਾ ਚ ਚਾਰ ਧੀਆਂ ਦੇ ਪਿਓ ਨੇ ਆਰਥਿਕ ਮੰਦਹਾਲੀ ਦੇ ਚਲਦੇ ਆਪਣੇ ਘਰ ਵਿੱਚ ਗਾਰਡਨ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦਿਨ ਰਾਤ ਮਿਹਨਤ ਕਰਕੇ ਆਪਣੀ ਪਤਨੀ ਅਤੇ ਚਾਰ ਧੀਆਂ ਦਾ ਪਾਲਣ ਪੋਸ਼ਣ ਕਰਦਾ ਸੀ, ਪਰ ਘਰ ਦੀਆਂ ਜ਼ਰੂਰਤਾਂ ਪੂਰੀਆਂ ਨਾ ਹੋਣ ਕਰਕੇ ਮ੍ਰਿਤਕ ਨੈਬ ਸਿੰਘ ਮਾਨਸਿਕ ਤੌਰ ਤੇ ਪਰੇਸ਼ਾਨ ਰਹਿਣ ਲੱਗ ਪਿਆ, ਜਿਸ ਦੇ ਚਲਦੇ ਉਸਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਉਧਰ ਮੌਕੇ ਤੇ ਪੁੱਜੀ ਪੁਲਿਸ ਨੇ ਮ੍ਰਿਤਕ ਨੈਬ ਸਿੰਘ ਦੀ ਪਤਨੀ ਦੇ ਬਿਆਨਾਂ ਦੇ ਆਧਾਰ ਤੇ ਕਾਰਵਾਈ ਕਰਦਿਆਂ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ ਹੈ। ਪਰਿਵਾਰ ਨੇ ਸਰਕਾਰ ਕੋਲੋਂ ਆਰਥਿਕ ਮਦਦ ਦੀ ਮੰਗ ਕੀਤੀ ਹੈ। ਘਰ ਤੋਂ ਜੀ ਪੈਸੇ ਮਿਲ ਜੀ, ਬਸ ਗੁੱਡੀਆਂ ਨੇ ਚਾਰ ਜੀ, ਕੰਮ ਵਾਲਾ ਕੁਛ ਨਹੀਂ ਜੀ। ਇਹ ਜੀ ਬਸ ਟੈਸ਼ਨ ਸੀ ਜੀ, ਗੁੱਡੀਆਂ ਵਿਆਹ ਆਈਆਂ ਨੇ, ਜੁੱਤੀਆਂ ਚਾਹੁੰਦੇ ਸੀ ਜੀ। ਪਤਾ ਨਹੀਂ ਜੀ, ਮੈਂ ਤਾਂ ਖੇਤ ਗਈ ਹੋਈ ਸੀ ਜੀ, ਉੱਥੇ ਬਰਾਂਡੇ ਜੀ ਜਿੰਨੀ ਪਾ ਕੇ ਟੇਬਲ ਤੱਕ ਸਾਡੇ ਉਮਰ ਜੀ ਆਹੀ ਜੀ ਗੁੱਡੀਆਂ ਪਾ ਕੇ ਪਿਛਾ ਤਾ ਬਸ। ਸਾਨੂੰ ਥਾਣੇ ਫੋਨ ਆਇਆ ਸੀਗਾ ਧੌਲਾ ਪਿੰਡ ਤੋਂ ਵੀ ਨੈਬ ਸਿੰਘ ਸਨ ਆਫ ਸ਼ੇਰ ਸਿੰਘ, ਇਹਦੇ ਸਰਕਾਰ ਜੀ ਦਾ ਬੋਝ ਸੀ, ਇਹਨੇ ਆਪਣੇ ਆਪ ਨਾ ਫਾਹਾ ਲੈ ਕੇ ਚੁੰਨੀ ਨਾਲ ਗਲਤ ਪਾ ਕੇ ਫਾਹਾ ਲੈ ਲਿਆ, ਜਿਸ ਨਾਲ ਇਹਦੀ ਮੌਤ ਹੋ ਗਈ। ਉਹਦੇ ਆਧਾਰ 'ਤੇ ਸੀ 74 ਦੀ ਕਾਰਵਾਈ ਅਮਲ ਵਿੱਚ ਲਿਆ ਰਿਹਾ, ਕੋਈ ਨਹੀਂ ਸੀ, ਇਕੱਲਾ ਹੀ ਸੀ ਘਰ 'ਚ ਜਦੋਂ ਇਹਦੀ ਮੌਤ ਹੋਈ, ਬਿਆਨ ਹੋਈ ਹੈ। ਇਹਦੇ ਚਾਰ ਲੜਕੀਆਂ ਦੱਸਿਆ ਜੀ ਉਹਨਾਂ, ਕਾਰਨ ਇਹ ਬੇਰੁਜ਼ਗਾਰੀ ਦਾ ਮਸਲਾ ਸੀ, ਚਾਰ ਇਹਦੇ ਲੜਕੀਆਂ ਸੀ, ਵੱਡੀ ਲੜਕੀ ਇਹਦੀ ਵਿਆਹੁਣ ਦੇ ਕਾਬਲ ਹੈ ਜੀ, ਇਹ ਵਿਚਾਰਾ ਬੇਰੁਜ਼ਗਾਰੀ ਹੋਣ ਕਰਕੇ ਜਾਣਦੀ ਸੋਚ ਰਿਹਾ ਸੀ ਵੀ ਸਾਡਾ ਚੁੱਲ੍ਹੇ ਦਾ ਗੁਜ਼ਾਰਾ ਚੱਲਦਾ ਨਹੀਂ, ਮੈਂ ਬੱਚੇ ਕਿਵੇਂ ਵਿਆਹਾਂ, ਦੋ ਛੋਟੀਆਂ ਛੋਟੀਆਂ ਬੱਚੀਆਂ ਨੇ, ਉਹਨਾਂ ਨੂੰ ਮੈਂ ਪੜ੍ਹਾਈ ਕਿਵੇਂ ਕਰਾਵਾਂ। ਇਸ ਕਰਕੇ ਦੁੱਖ ਦੇ ਵਿੱਚ ਜਾਣਦੇ ਇੱਥੋਂ ਕੁਛ ਲੋਕ ਨੰਗੇ ਨੇ, ਉਹ ਦੱਸਦੇ ਸੀ ਪਹਿਲਾਂ ਕਹਿੰਦੇ ਜੋੜੇ ਸਿਉਂ ਜਾਂਦਾ ਸੀ, ਇਹਦੀ ਨਾਲ ਦੁਕਾਨ ਸੀ, ਕਮਿਸ਼ਨ 'ਤੇ ਇਹ ਕੰਮ ਕਰਦਾ ਸੀ, ਅਤੇ 3 ਕੁ ਜੋੜੇ ਇਹ ਬਣਾਉਂਦਾ ਜੀ, ਤਾਂ 40 ਰੁਪਏ ਕਮਿਸ਼ਨ ਦੇ ਹਿਸਾਬ ਨਾਲ ਇਹਨੂੰ 250 ਰੁਪਇਆ ਵੀ ਮਸਾਂ ਬਣਦਾ ਜੀ। ਇਸ ਕਰਕੇ ਉਸ ਟੈਨਸ਼ਨ ਦੇ ਕਰਕੇ ਇਹਦੇ ਘਰ ਵਾਲੀ ਇਹ ਨਾਲ ਬੈਠੀ ਹੈ, ਇਹ ਵਿਚਾਰੀ ਬੱਲੀਆਂ ਚੁਗਣ ਗਈ ਹੋਈ ਸੀ ਖੇਤ ਦੇ ਵਿੱਚ, ਬੱਚੇ ਸਕੂਲ ਗਏ ਸੀ, ਜਦੋਂ ਬੱਚਿਆਂ ਨੇ ਆ ਕੇ ਦੇਖਿਆ 2 ਵਜੇ ਤੋਂ ਬਾਅਦ 2:30-3 ਵਜੇ ਜਾਂਦੀ ਤਕਰੀਬਨ, ਉਹਨਾਂ ਨੇ ਰੌਲਾ ਪਾਇਆ ਵੀ ਸਾਡਾ ਬਾਹਰ ਅੜਿਆ ਪਿਆ, ਫਿਰ ਆਂਢੀ ਗੁਆਂਢੀਆਂ ਨੇ ਆ ਕੇ ਜੀ ਉਹਨਾਂ ਜਦੋਂ ਦੇਖਿਆ ਉਹਦੀ ਅੰਦਰ ਲਾਸ਼ ਲਮਕ ਰਹੀ ਸੀ, ਇਹਨੇ ਫਿਰ ਇਹ ਜਾਣਦੀ ਇਸ ਦੁੱਖ ਦੇ ਮਾਰੇ ਨੇ ਵਿਚਾਰੇ ਨੇ ਇਹ ਜਿਹੜਾ ਆਪਦਾ ਗਾਹਾਂਲਾ ਕਦਮ ਚੱਕਿਆ ਇਹਨੇ ਜਾਣਦੀ, ਉਹ ਬੇਰੁਜ਼ਗਾਰੀ ਕਰਕੇ ਚੱਕਿਆ ਜੀ, ਸੂਸਾਈਡ ਜੀ ਇਹਨੇ ਫਾਹਾ ਲਿੱਤਾ ਹੈਗਾ ਜੀ। ਅੱਜ ਦੇ ਘਰ ਦੇ ਵਿੱਚ ਰਾਹਦਾਰੀ ਬਣੀ ਹੋਈ ਹੈਗੀ, ਛੋਟਾ ਜਿਹਾ ਬਰਾਂਡਾ ਜਿਹਾ, ਉਹਦੇ ਵਿੱਚ ਗਾਡਰ ਹੈ, ਗਾਡਰ ਦੇ ਵਿੱਚ ਥੱਲੇ ਜਾਣਦੀ ਇਹਨੇ ਥੱਲੇ ਇੱਕ ਟੇਬਲ ਧਰ ਕੇ ਉਹਦੇ ਉੱਤੇ ਚੁੰਨੀ ਪਾ ਕੇ ਉਹਨੂੰ ਫਾਹਾ ਲੈ ਕੇ ਜੀ ਇਹਨੇ ਆਪਦਾ ਜਿਹੜੀ ਆਤਮ ਹੱਤਿਆ ਕੀਤੀ ਹੈ, ਫਾਹਾ ਲੈ ਕੇ ਕੀਤੀ।